ਹੈਲੋ ਗਾਇਸ, ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦਾ? ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ ਇਨ ਦੇ ਰੈਂਡ ਕਿਰਤ ਨੀਚੇ ਆ। ਸੋ ਗਾਇਸ, ਅੱਜ ਮੈਂ ਕਿਰਤ 'ਤੇ ਕਰਨ ਲੱਗਿਆ ਪ੍ਰੈਂਕ। ਪ੍ਰੈਂਕ ਇੱਦਾਂ ਕਰਨ ਲੱਗਿਆ ਕਿ ਮੈਂ ਕਿਰਤ ਨੂੰ ਇੱਦਾਂ ਕਹੂੰਗਾ ਕਿ ਮੈਂ ਤੇਰੇ 'ਤੇ ਚੀਟ ਕਰ ਰਿਹਾ, ਮੇਰੀ ਲਾਈਫ 'ਚ ਕੋਈ ਹੋਰ ਕੁੜੀ ਆ। ਸੋ ਗਾਇਸ, ਪਹਿਲਾਂ ਮੈਂ ਹੁਣ ਗਿੰਨੂ ਨੂੰ ਫੋਨ ਕਰਦਾ ਹਾਂ ਅਤੇ ਉਹਨੂੰ ਉੱਪਰ ਬੁਲਾਉਣਾ। ਚੱਕਲਾ, ਕਿੱਥੇ ਆ? ਉੱਪਰ ਆ ਮਾੜਾ ਜਿਹਾ। ਉਹ ਛੇਤੀ ਆ ਪਲੀਜ਼, ਜ਼ਰੂਰੀ ਗੱਲ ਆ, ਪਲੀਜ਼ ਛੇਤੀ ਆ ਯਾਰ, ਪਲੀਜ਼ ਛੇਤੀ ਆ। ਗਾਇਜ਼ ਆ ਰਹੀ ਆ, ਮੇਬੀ ਮੇਰਾ ਫੇਸ ਨਾ ਦੇਖੇ ਕਿਉਂਕਿ ਹੋਰ ਕੋਈ ਤਰੀਕਾ ਨਹੀਂ ਹੈਗਾ। ਜੇ ਮੈਂ ਕੈਮਰੇ ਨੂੰ ਹਿਲਾਉਂਗਾ ਉਹਨੂੰ ਪਤਾ ਲੱਗ ਜਾਊਗਾ, ਉਹਨੂੰ ਇੱਧਰਲੇ ਪਾਸੇ ਬਿਠਾਊਂਗਾ। ਕਰੇ ਸਾਰਾ ਹੀ ਠੀਕ ਨੇ ਯਾਰ, ਮੈਂ ਤੈਨੂੰ ਚੀਟ ਕਰ ਰਿਹਾ ਕਿਨੂੰ। ਕੋਈ ਪ੍ਰੈਂਕ ਨੀ ਹੈਗਾ। ਫੋਨ ਆ ਪਹਿਲਾਂ ਲੈ, ਤੈਨੂੰ ਫੋਨ, ਤੈਨੂੰ ਇਸੇ ਤੋਂ ਫੋਨ ਕੀਤਾ ਸੀਗਾ। ਗੋਪਰੋ ਆਪਣਾ ਗੁੰਮ ਗਿਆ, ਪਹਿਲਾਂ ਗੋਪਰੋ ਤੇ ਬਣਾਉਂਦਾ ਹੁੰਦਾ ਸੀ। ਯਾਰ ਸੀਰੀਅਸਲੀ, ਕਿਹਨੂੰ ਸੌਣ ਲੱਗੇ ਯਾਰ, ਮੈਂ ਝੂਠ ਨਹੀਂ ਬੋਲ ਰਿਹਾ, ਮੈਂ ਸੀਰੀਅਸਲੀ ਤੈਨੂੰ ਚੀਟ ਕਰ ਰਿਹਾ। ਮੈਂ ਕਿਸੇ ਕੁੜੀ ਨਾਲ, ਮੇਰੀ ਫਰੈਂਡਸ਼ਿਪ ਆ। ਕੀ ਬੋਲੀ ਅੰਨੇ ਹੋ ਕੁਛ ਯਾਰ, ਸੀਰੀਅਸਲੀ ਕਿਹਨੂੰ ਸੌਣ ਲੱਗੇ? ਮੈਂ ਸੀਰੀਅਸਲੀ ਤੈਨੂੰ ਚੀਟ ਕਰ ਰਿਹਾ, ਮੈਨੂੰ ਪਤਾ ਤੈਨੂੰ ਯਕੀਨ ਨਹੀਂ ਆਉਣਾ ਕਿਉਂਕਿ ਮੈਂ ਤੇਰਾ ਇੰਨਾ ਕੀਤਾ ਹੋਣਾ, ਇੰਨਾ ਕਰ ਰਿਹਾ, ਹਰੇਕ ਜਗ੍ਹਾ ਤੇ ਤੈਨੂੰ ਤੇਰੇ ਨਾਲ ਖੜਦਾ, ਤੈਨੂੰ ਇੰਨਾ ਸਪੋਰਟ ਕਰਦਾ। ਹਾਂ ਬਟ ਜਦੋਂ ਤੂੰ ਇੱਧਰ ਉੱਧਰ ਹੁੰਦੀ ਸੀ ਤਾਂ ਮੈਂ ਗੱਲ ਕਰ ਲੈਂਦਾ ਸੀ, ਕਈ ਵਾਰ ਮੈਂ ਤੈਨੂੰ ਝੂਠ ਬੋਲ ਕੇ ਚੱਲ ਜਾਂਦਾ ਸੀ ਵੀ ਮੈਂ ਬਾਹਰੇ ਜਾ ਕੇ ਆਉਣਾ ਜਾਂ ਕਿਵੇਂ। ਉਹਨੇ ਮੈਨੂੰ ਕਿਹਾ ਵੀ ਹਨਾ, ਤੂੰ ਦੱਸ ਦੇ ਵੀ ਆਪਾਂ ਕਿੰਨਾ ਟਾਈਮ ਲੁਕੋ ਕੇ ਰੱਖਾਂਗੇ। ਯਾਰ ਕੀ ਬੋਲੀ ਇਹਨਾਂ ਨੀ ਯਾਰ, ਕਿਹਨੂੰ ਸੀਰੀਅਸ ਮੈਮ? ਨਹੀਂ ਪ੍ਰੈਂਕ ਹੈਗਾ, ਇਟਸ ਨਹੀਂ ਪ੍ਰੈਂਕ ਹੈਗਾ, ਪ੍ਰੈਂਕ ਆ। ਐਂ ਕਿਵੇਂ ਹੋ ਸਕਦਾ, ਐਵੇਂ ਹੋ ਨਹੀਂ ਸਕਦਾ ਯਾਰ, ਮੈਨੂੰ ਪਤਾ ਤੈਨੂੰ ਯਕੀਨ ਨਹੀਂ ਆਉਣਾ। ਮੈਨੂੰ ਥੋੜਾ ਤੇ ਅੱਛਾ ਇੰਨਾ ਯਕੀਨ ਆ, ਓਏ ਮੈਨੂੰ ਤੁਸੀਂ ਕਰ ਹੀ ਨਹੀਂ ਸਕਦੇ, ਤੁਸੀਂ ਕਰ ਹੀ ਨਹੀਂ ਸਕਦੇ, ਕਰ ਹੀ ਨਹੀਂ ਸਕਦੇ। ਮੈਨੂੰ ਪਤਾ ਤੈਨੂੰ ਯਕੀਨ ਨਹੀਂ ਆਉਣਾ, ਬਟ ਸੀਰੀਅਸ ਕੀ ਰਿਹਾ, ਫੋਨ ਹੋ ਰਿਹਾ, ਪ੍ਰੈਂਕ ਕੀ ਹੋਰ ਕੀ ਆ, ਕਿਤੇ ਅੱਗੇ ਕੱਲ ਦਾ ਨਹੀਂ ਕੁਝ ਕਰਨਾ ਪ੍ਰੈਂਕ ਪ੍ਰੂੰਕ? ਯਾਰ ਮੈਂ ਤੇਰੇ ਤੇ ਕਿਹਨੂੰ ਪ੍ਰੈਂਕ ਵਾਲੀ ਗੱਲ ਨਹੀਂ ਹੈਗੀ, ਮੈਂ ਤੇਰੇ ਤੇ ਯਾਰ ਕਿਉਂ ਪ੍ਰੈਂਕ ਕਰਨਾ? ਮੈਂ ਜੇ ਤੈਨੂੰ ਕਹਿ ਰਿਹਾ ਮੈਂ ਸੌਣ ਲੱਗੇ ਯਾਰ, ਮੈਂ ਸੀਰੀਅਸਲੀ ਸੀਰੀਅਸਲੀ ਕਿਹਨੂੰ, ਆਮ ਨਾਟ ਜੋਕਿੰਗ ਬੇਬੀ। ਫਿਰ ਮੈਨੂੰ ਕਾਹ ਤੋਂ ਬੇਬੀ ਕਹੀ ਜਾਂਦੇ ਹੋ, ਗੱਪ ਮਾਰੀ ਜਾਂਦੇ ਹੋ? ਯਾਰ ਮੈਂ ਤੈਨੂੰ ਸਿਰਫ ਤਾਂ ਬੇਬੀ ਕਹਿ ਰਿਹਾ, ਮੈਂ ਤੈਨੂੰ ਪਿਆਰ ਨਾਲ ਹੈਂਡਲ ਕਰਨਾ ਚਾਹੁੰਦਾ, ਮੈਨੂੰ ਪਤਾ ਵੀ ਤੈਨੂੰ ਵੀ ਸੱਟ ਲੱਗੂਗੀ ਹਨਾ ਇੱਕ ਵਾਰੀ ਤਾਂ। ਇੱਕ ਮਿੰਟ, ਜਦੋਂ ਬੰਦੇ ਦਾ ਅਫੇਅਰ ਹੁੰਦਾ ਹਨਾ, ਕਿ ਉਹ ਆਪਣੇ ਪਾਰਟਨਰ ਨਾਲ ਉਹਦੀ ਦੂਰੀਆਂ ਵੱਧ ਜਾਂਦੀਆਂ, ਗੱਲ ਨਹੀਂ ਹੁੰਦੀ, ਬਾਤ ਨਹੀਂ ਹੁੰਦੀ, ਫਿਰ ਜਾ ਕੇ ਕਿਤੇ ਅਫੇਅਰ ਹੁੰਦਾ। ਆਪਣੇ ਵਿੱਚ ਸਾਰਾ ਕੁਝ ਇੰਨਾ ਵਧੀਆ, ਆਪਾਂ ਗੱਲਬਾਤ ਕਰਦੇ, ਇੱਕ ਦੂਜੇ ਨਾਲ ਫਨ ਕਰਦੇ, ਹੱਸਦੇ ਖੇਡਦੇ ਹਾਂ, ਮੈਨੂੰ ਤਾਂ ਕਦੇ ਫੀਲ ਨਹੀਂ ਹੋਇਆ ਐਸਾ ਨਹੀਂ ਹੁੰਦਾ। ਮੈਂ ਤੈਨੂੰ ਫੀਲ ਨਹੀਂ ਨਾ ਹੋਣ ਦਿੱਤਾ, ਮੈਨੂੰ ਇਹ ਆ ਵੀ ਪਤਾ ਨਾ ਲੱਗ ਜੇ ਹਨਾ, ਮੈਂ ਲੁਕੋ ਕੇ ਰੱਖਿਆ ਤੇਰੇ ਤੋਂ। ਐਂ ਲੱਗਦਾ ਹੁੰਦਾ ਤੁਸੀਂ ਦਿਲੋਂ ਕਰਦੇ ਹੋ, ਐਂ ਥੋੜ੍ਹੀ ਲੱਗ ਜਾਂਦਾ ਬੰਦਾ, ਪਤਾ ਨਹੀਂ ਲੱਗਦਾ ਵੀ ਬੰਦਾ ਜਾਣ ਕੇ ਕਰ ਰਿਹਾ ਕਿ ਦਿਲੋਂ ਕਰ ਰਿਹਾ। ਯਾਰ ਇੱਦਾਂ ਦੀ ਕੋਈ ਗੱਲ ਨਹੀਂ, ਮੈਂ ਸੀਰੀਅਸਲੀ, ਮੈਨੂੰ ਪਤਾ ਸੀ ਤੈਨੂੰ ਯਕੀਨ ਨਹੀਂ ਹੋਣਾ, ਮੇਰੇ 100 ਵਾਰੀ ਦੱਸੇ ਦੇ ਵੀ ਤੈਨੂੰ ਯਕੀਨ ਨਹੀਂ ਹੋਣਾ, ਅੱਜ ਮੈਂ ਦੱਸ ਰਿਹਾ ਕਿਉਂਕਿ ਹਨਾ ਸਾਰੇ ਜਿਵੇਂ ਮੈਂ ਕਮੈਂਟਸ ਵਗੈਰਾ ਪੜ੍ਹ ਰਿਹਾ ਸੀ, ਸਾਰੇ ਕਹਿੰਦੇ ਸੀ ਵੀ ਤੁਸੀਂ, ਤੁਹਾਡੇ ਕਪਲ ਗੋਲਸ ਨੇ, ਤੁਸੀਂ ਕਿੰਨਾ ਕਰਦੇ ਇੱਕ ਦੂਜੇ ਦਾ, ਮੈਨੂੰ ਇਹ ਸੀ ਮੈਂ ਕਿੰਨਾ ਕੁ ਟਾਈਮ ਲੁਕੋਈ ਜਾਊਂਗਾ ਇਹ ਗੱਲਾਂ ਵੀ ਮੈਨੂੰ ਦੱਸਣੀ ਪਊਗੀ, ਫਿਰ ਮੈਂ ਤੈਨੂੰ ਤਾਂ ਕਰਕੇ ਲਾ ਕੇ ਮੈਂ ਤਾਂ ਹੀ ਦੱਸ ਰਿਹਾ ਤੈਨੂੰ ਵੀ ਨਹੀਂ ਸੀਰੀਅਸਲੀ ਆਮ ਚੀਟਿੰਗ ਔਨ ਯੂ। ਕਦੋਂ ਤੋਂ? ਜਦੋਂ ਤੋਂ ਮੈਂ ਜੋਬ ਕਰ ਰਿਹਾ, ਉਹ ਵਾਲੀ ਮਸ਼ਰੂਮ ਵਾਲੀ, ਉਦੋਂ ਤੋਂ ਕਰ ਨਹੀਂ ਰਿਹਾ ਸੀ। ਹੁਣੇ ਰੀਸੈਂਟਲੀ
ਰੀਸੈਂਟਲੀ ਕੌਣ ਆ ਕੁੜੀ ਯਾਰ ਕੁੜੀ ਨੇ ਮੈਨੂੰ ਦੱਸਣ ਲਈ ਮਨਾ ਕੀਤਾ ਕੁੜੀ ਨੇ ਕਿਹਾ ਵੀ ਮੇਰਾ ਨਾਮ ਨਾ ਲਿਓ ਵੀ ਪਰ ਪਲੀਜ਼ ਤੁਸੀਂ ਆਪਦਾ ਸੌਟ ਆਊਟ ਕਰੋ ਜੇ ਤੁਸੀਂ ਚਾਹੁੰਦੇ ਵੀ ਆਪਾਂ ਇਕੱਠੇ ਰਹੀਏ ਯੂਟਿਊਬ ਤੇ ਜਿਹੜਾ ਆਪਾਂ ਇੰਨਾ ਵਧੀਆ ਰਹਿੰਦੇ ਹਾਂ ਮਤਲਬ ਮੈਂ ਤਾਂ ਇਹੀ ਸੀਗਾ ਕਿ ਆਪਣੇ ਮਤਲਬ ਸਹੀ ਤਰ੍ਹਾਂ ਆਪਾਂ ਕਰ ਰਹੇ ਹਾਂ ਸਾਰਾ ਕੁਛ ਵੀ ਆਪਾਂ ਇੱਦਾਂ ਦੇ ਹੀ ਹਾਂ ਇੱਦਾਂ ਹੀ ਸ਼ੋਅ ਕਰ ਰਹੇ ਹਾਂ ਮਤਲਬ ਤੁਸੀਂ ਸਾਰਾ ਫੇਕ I'm really sorry ਯਾਰ ਗਿੰਨੂ ਕਿ ਸੌਰੀ ਨਹੀਂ ਰਹਿਣਾ ਤਾਂ ਮੈਂ ਖੋ ਦਿੰਦੀ ਮੈਂ ਹਜੇ ਬੰਦੇ ਨਾਲ ਤਾਂ ਜਮਾਂ ਨਹੀਂ ਰਹਾਂ ਜਿਹੜਾ ਚੀਟ ਕਰਦਾ ਹੋਵੇ ਨਹੀਂ ਸਭ ਕੁਛ ਵਧੀਆ ਚੱਲ ਰਿਹਾ ਸੀ ਸਾਰਾ ਕੁਛ ਆਪਣੇ 'ਚ ਅੰਡਰਸਟੈਂਡਿੰਗ ਆ ਸਾਰਾ ਕੁਛ ਆ ਇੱਕ ਦੂਜੇ ਨਾਲ ਖੜੇ ਹੁੰਦੇ ਜਦ ਲੋੜ ਹੁੰਦੀ ਆ ਫਿਰ ਤੁਹਾਨੂੰ ਕੀ ਲੋੜ ਪੈ ਗਈ ਸੀ ਮੇਰੀ ਗਲਤੀ ਆ ਇਟਸ ਮਾਈ ਮਿਸਟੇਕ ਮੈਂ ਹੁਣ ਮੈਂ ਘਰੇ ਕੀ ਦੱਸਾਂ ਪਲੀਜ਼ ਡੋਨਟ ਟੱਚ ਮੀ ਘਰੇ ਕੀ ਦੱਸਾਂ ਆਪਣੇ ਘਰੇ ਕੀ ਦੱਸਣਾ ਯਾਰ ਰੋ ਭਰਾਓ ਯਾਰ ਯਾਰ ਇਹਨੂੰ ਰੋਣਾ ਡੋਨਟ ਟੱਚ ਮੀ ਡੋਨਟ ਟੱਚ ਮੀ ਨਿਕਲ ਜਾ ਰੋ ਸ਼ਕਲ ਨਾ ਦਿਖਾਈ ਮੈਨੂੰ ਗੈਟ ਆਊਟ ਇਹਨੂੰ ਮੇਰੀ ਗੱਲ ਗੈਟ ਆਊਟ ਨਾਓ ਇਹ ਬੰਦੇ ਦੀ ਕੋਈ ਰਿਸਪੈਕਟ ਨਹੀਂ ਹੈਗੀ ਮੇਰੇ ਅੱਖਾਂ 'ਚ ਗੈਟ ਆਊਟ ਕੋਈ ਤੁਸੀਂ ਤਾਂ ਸੀ ਕੋਈ ਕੁਛ ਨਹੀਂ ਸ਼ੀ ਨੋਸ ਕਿ ਮੈਰਿਡ ਆ ਪਤਾ ਹੀ ਹੋਣਾ ਸਾਰਿਆਂ ਨੂੰ ਪਤਾ ਉਹ ਤੋਂ ਵੱਧ ਪਲੀਜ਼ ਉਸ ਤੋਂ ਵੱਧ ਪਲੀਜ਼ ਗਿੰਨੂ ਤੂੰ ਵੀ ਨਹੀਂ ਕਹਿ ਜਾਂਦਾ ਉਸ ਤੋਂ ਵੱਧ ਸ਼ਰਮ ਆਉਣੀ ਚਾਹੀਦੀ ਆ ਨੇ ਘਰ ਦੇਣ ਦੀ ਪਰਵਾਹ ਕਰ ਲੈਣੀ ਸੀ ਉਹ ਵਿਚਾਰੇ ਸਾਰੇ ਇੰਨੇ ਵਧੀਆ ਨੇ ਬਹੁਤ ਵਧੀਆ ਨਾਮ ਰੋਸ਼ਨ ਕੀਤਾ ਆ ਯਾਰ ਮੈਂ ਆਪਣੇ ਘਰਦਿਆਂ ਨੂੰ ਗਿੰਨੂ ਸਮਝਾ ਲੂੰਗਾ ਬਸ ਤੂੰ ਆਪਣੇ ਘਰਦਿਆਂ ਨੂੰ ਸਮਝਾ ਲਈ ਰੋਣਾ ਗਿੰਨੂ ਗਿੰਨੂ ਮੈਂ ਪ੍ਰੈਂਕ ਕਰਦਾ ਸੀ ਪੁੱਤ ਗਿੰਨੂ ਗਿੰਨੂ ਮੈਂ ਪ੍ਰੈਂਕ ਕਰਦਾ ਸੀ ਗਿੰਨੂ ਯਾਰ ਗਿੰਨੂ ਪਲੀਜ਼ ਉੱਠ ਯਾਰ ਮੈਂ ਪ੍ਰੈਂਕ ਕਰਦਾ ਸੀ ਗਿੰਨੂ ਗਿੰਨੂ ਉੱਠ ਮੈਂ ਪ੍ਰੈਂਕ ਕਰਦਾ ਸੀ ਓਏ ਕੈਮਰਾ ਲੱਗਿਆ ਪਿਆ ਸਰੀਆ ਬਾਂਦਰੀ ਦੇਖ ਲਿਆ ਸੀ ਗਾਇਜ਼ ਆਹ ਦੇਖੋ ਯਾਰ ਆਹ ਬੰਦਾ ਯਾਰ ਬੜਾ ਹਰਾਮੀ ਆ ਤੁਹਾਨੂੰ ਕੀ ਲੱਗਿਆ ਤੁਹਾਨੂੰ ਐਕਟਿੰਗ ਆਉਂਦੀ ਆ ਮੈਨੂੰ ਵੀ ਪੂਰੀ ਐਕਟਿੰਗ ਆਉਂਦੀ ਆ ਗਾਇਕ ਕੀ ਕਰਾਂ ਮੈਂ ਬੰਦੇ ਦਾ ਯਾਰ ਉੱਥੋਂ ਨਹੀਂ ਪਤਾ ਲੱਗਿਆ ਉਹ ਤਾਂ ਪਿਆ ਹੀ ਐਵੇਂ ਹੁੰਦਾ ਕੈਮਰਾ ਆਹਾ ਕੀ ਦੇਖਿਓ ਆਪਣੇ ਕੀ ਹੋ ਰਿਹਾ ਲਾਈਟ ਬਲੋ ਓ ਸ਼ਿਟ ਗਾਇਸ ਇੱਥੇ ਨਾ ਬਲੂ ਲਾਈਟ ਚਮਕ ਰਹੀ ਸੀ ਇਹਦੇ ਵਿੱਚ ਉਹ ਦੇਖ ਲਈ ਬਾਂਦਰੀ ਨੇ ਤੂੰ ਡਿੱਗੀ ਕਾਹਤੋਂ ਸੀ ਫਿਰ ਹੈ ਫਿਰ ਐਂਡ ਤਾਂ ਕਰਨਾ ਸੀ ਨਾ ਪ੍ਰੈਂਕ ਦਾ ਮੂੰਹ ਨਿਕਲਵਾਉਣਾ ਸੀ ਨਾ ਐਕਟਰ ਦੇ ਮੈਂ ਚੀਟ ਕਰ ਲਿਆ ਤੈਨੂੰ ਇੱਕ ਵਾਰ ਵੀ ਨਹੀਂ ਯਕੀਨ ਆਇਆ ਨਾ ਸੀਰੀਅਸਲੀ ਮੇਰੀ ਐਕਟਿੰਗ ਕਿਵੇਂ ਸੀ ਤੁਹਾਨੂੰ ਆ ਗਿਆ ਸੀ ਮੇਰੇ ਤੇ ਯਕੀਨ ਹੈ ਮੇਰੇ ਤੇ ਯਕੀਨ ਆ ਗਿਆ ਸੀ ਮੈਨੂੰ ਆਇਆ ਸੀਗਾ ਮੈਂ ਕਿਹਾ ਵੀ ਇਹ ਵੀ ਹੁਣ ਤੱਕ ਤਾਂ ਕੁੱਕਾ ਕਾਕਾ ਪੈਣੀਆਂ ਚਾਹੀਦੀਆਂ ਸੀ ਵੀ ਹਨਾ ਵੀ ਤੂੰ ਛੱਡ ਕੇ ਜਾ ਰਿਹਾ ਵੀ ਤਾਂ ਨਾਰਮਲ ਆ ਹੈ ਤੈਨੂੰ ਨਾਰਮਲ ਲੱਗ ਰਿਹਾ ਸੀ ਹਾਂ ਵੀ ਮਾੜਾ ਜਿਹਾ ਲੱਗ ਰਿਹਾ ਸੀ ਜਦੋਂ ਤੂੰ ਰੋਣ ਜਿਹੇ ਲੱਗੀ ਪਰ ਉਦਾਂ ਮੈਨੂੰ ਠੀਕ ਲੱਗ ਰਿਹਾ ਸੀ ਮੈਂ ਕਿਹਾ ਮੈਂ ਤਾਂ ਜ਼ਿਆਦਾ ਐਕਸਪੈਕਟ ਕੀਤਾ ਸੀ ਬਾਂਦਰੀ ਚੀਟਰ 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 ਦੱਸਾਂ ਚੀਟਰ ਬੋਲਦੀ ਕਿਵੇਂ ਸੀ ਤੂੰ ਮੈਨੂੰ ਬਾਂਦਰੀ ਜੀ ਉਹ ਫਿਰ ਫੀਲ ਤਾਂ ਲਿਆਉਣੀ ਸੀ ਨਾ ਵੀ ਪਤਾ ਨਾ ਲੱਗੇ ਵੀ ਮੈਂ ਮੈਂ ਦਿਖਾਉਣਾ ਚਾਹ ਰਹੀ ਸੀ ਕਿ ਮੈਂ ਟ੍ਰੈਪ 'ਚ ਆ ਗਿਆ ਮੈਂ ਨਾ ਮੈਂ ਤੁਹਾਨੂੰ ਆਪਣੇ ਟ੍ਰੈਪ 'ਚ ਲਿਆ ਰਹੀ ਸੀ ਤੇ ਮੈਂ ਉਹ ਕਰ ਰਹੀ ਸੀ ਕਿ ਹਨਾ ਵੀ ਕਿਉਂਕਿ ਮੈਂ ਨੋਰਮਲੀ ਇੱਦਾਂ ਬੋਲੂੰਗੀ ਨਹੀਂ ਤੇ ਜੇ ਮੈਂ ਇੱਦਾਂ ਬੋਲੂੰਗੀ ਤੁਹਾਨੂੰ ਯਕੀਨ ਆਊਗਾ ਕਿ ਹਾਂ ਮੈਂ ਟ੍ਰੈਪ 'ਚ ਫਸ ਗਈ ਜਦਕਿ ਤੁਸੀਂ ਮੇਰੇ ਟ੍ਰੈਪ 'ਚ ਫਸ ਰਹੇ ਸੀ ਆ ਮੇਰਾ ਗਾਹ ਪਾਤਾ ਹਲਾ ਹਲਾ ਕੇ ਆਏ ਥੋੜੇ ਉਠਾਈਂਦਾ ਵੀ ਉਸ ਬੰਦੇ ਨੂੰ ਆਏ ਨੀ ਉਠਾਈਂਦਾ ਹੁੰਦਾ ਉਹਦੇ ਹੱਥ ਪੈਲ ਐਵੇਂ ਮਲੀ ਦੇ ਆ ਐਵੇਂ ਐਵੇਂ ਕਰੀ ਨਾ ਹੁੰਦਾ ਤੁਸੀਂ ਤਾਂ ਮੈਨੂੰ ਚੱਕ ਚੱਕ ਮਾਰਿਆ ਕਦੇ ਮੈਨੂੰ ਇੱਧਰ ਚੱਕ ਕੇ ਕਦੇ ਇੱਧਰ ਮਾਰਿਆ ਮੈਂ ਬਸ ਹੱਸੀ ਨੀ ਪ੍ਰੈਂਕ ਮੇਰਾ ਕਾਮਯਾਬ ਹੁਆ
तेरा थोड़ी ना प्रैंक होया, तेरा किवें प्रैंक हो गया? मैं तेन कुछ हो ना जा बेबी मैं थोड़ा पूरा पता, तुसी कदे चीटिंग नहीं कर सकते, पूछ तू पूरा पता मैनू। ऐ नहीं कही दा हुंदा, कई बार बंदा कर भी दिंदा। हां अच्छा मैनू कैमरे दा नहीं पता लग्गिया, तां हुंदा ही उरिया मैनू आ ब्लू लाइट तो पता लग्गिया, क्योंकि ढक्कन कोई इन्ना नोट नहीं ना करदा कदे भी। अच्छा ढक्कन नहीं मैं कीता ऐ तां एवें हुंदा, ढक्कन हुंदा ऐ ते ओ मैं कदे नोट नहीं कीता, बट आ है ना जड़ी आ माइक होने, मैं अपनी वीडियो शूट की अपने दूजे चैनल लई ते ए मेरे लग्या होया सीगा, सो आई न्यू के माइक दी लाइट आ ते आ भी उनू पता ही सीगा भी चीटिंग चैटिंग वाला हो ही नहीं सकदा सीन इंदर। सो गाइस ये तो चलो मजाक सीगा हना, चल मेरा प्रैंक फेल हो गया, बट मेरा कामयाब होया। इंदर बेटा प्रैंक करने छोड़ दो, आपका नहीं हो सकता कभी भी। बट गाइस एक ऑन द सीरियस नोट हना, ਕਦੇ ਵੀ ਆਪਣੇ ਪਾਰਟਨਰ ਨਾਲ ਚੀਟ ਨਾ ਕਰੋ, ਪਹਿਲਾਂ ਸੋਚ ਸਮਝ ਕੇ ਲੱਭ ਲਓ ਹੈ ਨਾ। ਵਿਆਹ ਕਰਾਉਣ ਤੋਂ ਯਾਰ ਪਹਿਲਾਂ ਤੁਸੀਂ 100 ਵਾਰ ਸੋਚ ਲਓ ਹੈ ਨਾ ਵੀ ਵਿਆਹ ਕਰਾਉਣਾ ਜਾਂ ਨਾ ਕਰਾਵਾਂ। ਵਿਆਹ ਕਰਾਉਣ ਤੋਂ ਬਾਅਦ ਨਾ ਯਾਰ ਇਹੋ ਜਿਹਾ ਕੁਛ ਕਰਿਆ ਕਰੋ, ਕਿਉਂਕਿ ਇੱਕ ਇੱਕ ਕੁੜੀ ਦੇ ਮਾਂ ਪਿਓ ਨੂੰ ਹੈ ਨਾ ਇਹ ਚੀਜ਼ਾਂ ਸਾਰੀਆਂ ਹੈਂਡਲ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ। ਬਿਲਕੁਲ ਚੀਟ ਨਾ ਕਰੋ, ਜੇ ਤੁਹਾਡਾ ਵਿਆਹ ਤੋਂ ਬਾਅਦ ਪਹਿਲਾਂ ਦਾ ਟਰਾਈ ਕਰਿਆ ਕਰੋ ਕਿ ਸਭ ਕੁਛ ਠੀਕ ਰਹੇ, ਤੁਸੀਂ ਆਪਣੇ ਪਾਰਟਨਰ ਨੂੰ ਇੱਕ ਦੂਜੇ ਨੂੰ ਖੁਸ਼ ਰੱਖੋ ਹੈ ਨਾ। ਅਤੇ ਜੇ ਫਿਰ ਵੀ ਵਿਆਹ ਤੋਂ ਬਾਅਦ ਚੀਟਿੰਗ ਹੀ ਨਹੀਂ ਕੁਛ ਵੀ ਚੀਜ਼ਾਂ ਵਰਕਆਊਟ ਨਹੀਂ ਕਰ ਰਹੀਆਂ ਤਾਂ ਸਾਫ਼ ਸਾਫ਼ ਤੁਸੀਂ ਹੈ ਨਾ ਆਪਣਾ ਰਿਸ਼ਤਾ ਉਹ ਕਰ ਦਿਉ। ਕਦੇ ਵੀ ਆਹ ਆਪਸ਼ਨ ਨਾ ਆਪਟ ਕਰੋ ਕਿ ਚੀਟਿੰਗ ਦਾ, ਕਿ ਇੱਧਰ ਵੀ ਚੱਲੀ ਜਾਊਗਾ ਅਤੇ ਆਪਾਂ ਇੱਧਰ ਆਪਣਾ ਉਹ ਕਰ ਦਿਓ, ਐਵੇਂ ਕਦੇ ਨਾ ਕਰੋ। ਸਾਰਾ ਕੁਛ ਆਪਣਾ ਚੈਪਟਰ ਫਿਨਿਸ਼ ਕਰਕੇ ਫਿਰ ਆਪਣਾ ਦੂਜਾ ਸ਼ੁਰੂ ਕਰੋ, ਠੀਕ ਹੈ ਨਾ। ਇਨ ਕੇਸ ਜੇ ਤੁਸੀਂ ਖੁਸ਼ ਨਹੀਂ ਹੈਗੇ ਆਪਣੀ ਲਾਈਫ ਦੇ ਵਿੱਚ, ਕਿਸੇ ਨੂੰ ਧੋਖੇ 'ਚ ਰੱਖਣਾ ਵਧੀਆ ਗੱਲ ਨਹੀਂ ਹੈਗੀ। ਅਤੇ ਮੈਨੂੰ ਦੇਖ ਲੈਣਾ ਮੇਰਾ ਹਾਸਾ ਨਿਕਲ ਜੂ। ਤੈਨੂੰ ਕਦੋਂ ਕੋ ਪਤਾ ਲੱਗ ਗਿਆ ਸੀ ਤੇਰੇ ਤੇ ਪ੍ਰੈਂਕ ਹੋ ਰਿਹਾ? ਸ਼ੁਰੂ ਤੋਂ ਹੀ ਪਤਾ ਸੀ, ਤੈਨੂੰ ਆਉਣ ਸਾਰੀ ਦਿਖ ਗਿਆ ਸੀ ਮਾਈਕ ਲੱਗਿਆ ਹੋਇਆ। ਔਨਸਾਰ ਨਹੀਂ ਦਿਖਿਆ ਹੈਗਾ, ਇਹ ਤਾਂ ਜੋ ਤੁਸੀਂ ਆਪਾਂ ਥੋੜੀ ਜਿਹੀ ਗੱਲ ਹੋ ਗਈ ਸੀਗੀ ਆਪਣੀ, ਉਦੋਂ ਬਾਅਦ ਦਿਖਿਆ ਸੀਗਾ। ਚਲੋ ਗਾਇਸ ਬਸ ਪ੍ਰੈਂਕ ਹੋ ਗਿਆ ਫੇਲ, ਮੇਰਾ ਕਾਮਯਾਬ ਹੋਇਆ ਗਾਇਸ। ਕੋਈ ਕਾਮਯਾਬ ਨਹੀਂ ਹੋਇਆ ਯਾਰ, ਤੁਹਾਨੂੰ ਵੀ ਪਤਾ ਇਹ ਗੱਲ ਦਾ, ਕਾਮਯਾਬ ਨਹੀਂ ਹੋਇਆ ਤੁਹਾਨੂੰ ਵੀ ਪਤਾ ਇਹ ਗੱਲ। ਇਹ ਉਹਨਾਂ ਨੇ ਵੀਡੀਓ 'ਚ ਦੇਖਿਆ ਵੀ ਕਾਮਯਾਬ ਥੋੜੀ ਨਾ ਹੋਇਆ ਯਾਰ, ਮੇਰਾ ਪ੍ਰੈਂਕ ਉਲਟਾ ਹੋਇਆ ਨਾ ਤੁਹਾਡੇ ਤੇ ਬੇਬੀ। ਤੂੰ ਪ੍ਰੈਂਕ ਥੋੜੀ ਨਾ ਕੀਤਾ ਯਾਰ ਮੇਰੇ ਤੇ, ਮੈਂ ਬੇਹੋਸ਼ ਹੋਈ ਸੀ, ਨਕਲੀ ਉਹ ਪ੍ਰੈਂਕ ਹੀ ਸੀ। ਨਕਲੀ ਹੋਈ ਸੀ ਇਹਦਾ ਮਤਲਬ ਇਹ ਪ੍ਰੈਂਕ ਹੋ ਗਿਆ? ਹਾਂ ਓਏ ਹੋਏ, ਕਾਕੇ ਨੂੰ ਇਹ ਵੀ ਨਹੀਂ ਪਤਾ ਵੀ ਪ੍ਰੈਂਕ ਹੋ ਗਿਆ ਕਾਕੇ ਤੇ। ਬਾਂਦਰੀ ਯਾਰ ਬਾਲਾ ਗੰਦਾ ਮੁੰਡਾ ਯਾਰ ਤੂੰ, ਮੈਨੂੰ ਨਹੀਂ ਪਤਾ। ਓ ਕਿਊਟ, ਚਾ ਕੋਈ ਨਹੀਂ, ਅਗਲੀ ਵਾਰ ਨਾ ਤੁਸੀਂ ਮੈਨੂੰ ਦੱਸ ਕੇ ਕਰੋ ਵੀ ਨਾ, ਮੈਂ ਨਹੀਂ ਕਰਦਾ ਦੱਸ ਕੇ, ਮੇਰੀ ਗੱਲ ਸੁਣ। ਅੱਗੇ ਤਾਂ ਨਾ ਮੈਨੂੰ ਦੱਸ ਕੇ ਪ੍ਰੈਂਕ ਕਰੋ, ਮੈਂ ਨਾ ਤੇਰੇ ਤੇ ਪ੍ਰੈਂਕ ਕਰਨ ਲੱਗਿਆ ਤੇ ਮੈਂ ਐਕਟਿੰਗ ਕਰ ਲੂੰਗੀ ਬੇਬੀ, ਤੇਰਾ ਪ੍ਰੈਂਕ ਆਪਾਂ ਕਾਮਯਾਬ ਕਰਾ ਦਾਂਗੇ ਬੱਚੋ, ਠੀਕ ਆ। ਅੱਗੇ ਤੋਂ ਦੱਸ ਕੇ ਕਰ ਲਿਓ ਅਗਲੀ ਵਾਰ, ਕਿਉਂਕਿ ਏਦਾਂ ਤਾਂ ਤੁਹਾਡਾ ਕਦੇ ਵੀ ਪ੍ਰੈਂਕ ਕਾਮਯਾਬ ਨਹੀਂ ਹੋਣ ਲੱਗਿਆ ਮੇਰੇ ਤੇ ਸਪੈਸ਼ਲੀ। ਪੂਰੀ ਪਲੈਨਿੰਗ ਕੀਤੀ ਵੈਸੇ ਤੁਸੀਂ, ਕਿਉਂਕਿ ਅਸੀਂ ਨੋਰਮਲੀ ਵਲੋਗ ਵੀ ਕਰੀ ਜਾਂਦੇ ਸੀਗੇ ਹੈ ਨਾ, ਅਤੇ ਇੰਦਰ ਨੂੰ ਐਂ ਲੱਗਿਆ ਕਿ ਆਪਾਂ ਇਹਨੂੰ ਪਤਾ ਨਹੀਂ ਲੱਗੇ ਵੀ ਪ੍ਰੈਂਕ ਕਿ ਰੋਜ਼ ਅਸੀਂ ਵੀਡੀਓ ਸ਼ੂਟ ਕਰਨੀ ਹੁੰਦੀ ਆ ਹੈ ਨਾ, ਤਾਂ ਵੀਡੀਓ ਵਲੋਗ ਵੀ ਕਰੀ ਗਏ ਹੈ ਨਾ, ਮੈਨੂੰ ਲੱਗਿਆ ਵਲੋਗ ਹੀ ਕਰਨਾ ਆਪਾਂ ਨੇ ਅੱਜ, ਅਤੇ ਇੱਧਰੋਂ ਪ੍ਰੈਂਕ ਦੀ ਤਿਆਰੀ ਕਰ ਰੱਖੀ ਸੀ। ਜੇ ਮੈਂ ਵਲੋਗ ਨਾ ਕਰਦਾ ਹੈ ਨਾ ਫਿਰ ਤਾਂ ਪਤਾ ਲੱਗ ਜਾਣਾ ਤੈਨੂੰ, ਲੱਗ ਜਾਣਾ ਸੀ ਤੈਨੂੰ, ਮੈਂ ਵਲੋਗ ਵੀ ਕਰੀ ਗਿਆ ਨਾਲ ਹੁੰਦੇ ਤਾਂ ਕਰਕੇ ਮੈਨੂੰ ਐਸੀ ਵੀ ਨਹੀਂ ਪਤਾ ਲੱਗੂਗਾ, ਬਟ ਆਹ ਲਾਈਟ 'ਚ ਫੜਿਆ ਗਿਆ। ਵੈਸੇ ਤਾਂ ਮੈਂ ਲੁਕੋ ਕੇ ਪਾਈ ਸੀ, ਪਹਿਲਾਂ ਮੈਂ ਉਰੇ ਲਾਈ ਸੀਗਾ ਇਸ ਉਰੇ ਇਹ ਲਾਈਟ, ਉਰੇ ਤਾਂ ਐਨ ਕਲੀਅਰ ਦਿਖ ਰਹੀ ਹੈ ਨਾ ਤੁਹਾਨੂੰ, ਫਿਰ ਮੈਂ ਇੱਥੇ ਮੇਰਾ ਕੋਲਰ ਥੋੜ੍ਹਾ ਜਿਹਾ ਮੋਟਾ ਹੈ ਨਾ, ਫਿਰ ਮੈਂ ਇੱਥੋਂ ਨਹੀਂ ਇੰਨੀ ਦਿਖਦੀ, ਬਟ ਦਿਖ ਰਹੀ ਆ। ਚਲੋ ਕੋਈ ਗੱਲ ਨਹੀਂ, ਸੋ ਗਾਇਸ ਇਹ ਸੀਗੀ ਸਾਡੀ ਅੱਜ ਦੀ ਵੀਡੀਓ, ਹੋਪਫੁਲੀ ਤੁਹਾਨੂੰ ਪਸੰਦ ਆਈ ਹੋਊਗੀ। ਤੇ ਮੇਰੇ ਹੰਝੂ ਨਾ ਨਿਕਲਣ ਯਾਰ ਐਕਟਿੰਗ 'ਚ, ਮਸਾ ਹੀ ਮੈਂ ਜੇ ਕੀਤਾ ਲੋਕ ਰਹੀ ਹੈ ਨੂੰ ਨਾ। ਚਲੋ ਗਾਇਸ ਮਿਲਦਾ ਤੁਹਾਨੂੰ ਕੱਲ੍ਹ ਦੀ ਵੀਡੀਓ 'ਚ, ਬਾਏ।